ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ, ਮੈਂ ਤੁਹਾਡਾ ਆਪਣਾ ਕ੍ਰਾਂਤੀਦੀਪ ਸਿੰਘ ਇੱਕ ਵਾਰੀ ਆਪਣੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਇਆ ਹਾਂ। ਪਿਛਲੇ ਹਫ਼ਤੇ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਕਬਜ਼ ਅਤੇ ਗੈਸ ਦੀ ਬਿਮਾਰੀ ਨੂੰ ਦੂਰ ਕਰਨ ਬਾਰੇ ਇੱਕ ਨੁਸਖਾ ਦੱਸਿਆ ਸੀ, ਜਿਸ ਨੂੰ ਤੁਸੀਂ ਲੋਕਾਂ ਨੇ ਬਹੁਤ ਜ਼ਿਆਦਾ ਸ਼ੇਅਰ ਕੀਤਾ। ਖਾਸ ਤੌਰ 'ਤੇ ਮੈਂ ਉਹਨਾਂ ਫੇਸਬੁੱਕ ਦੇ ਪੇਜਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਆਪ ਜੀ ਤੱਕ ਪਹੁੰਚਾਈ। ਤੋ ਕਿਰਪਾ ਕਰਕੇ ਜਿਸ ਫੇਸਬੁੱਕ ਪੇਜ 'ਤੇ ਤੁਸੀਂ ਇਸ ਵੀਡੀਓ ਨੂੰ ਵੇਖਦੇ ਹੋ ਉਸ ਨੂੰ ਲਾਈਕ ਅਤੇ ਸੇਵ ਜ਼ਰੂਰ ਕਰਨਾ। ਨਾਲ ਹੀ ਮੇਰਾ ਯੂਟਿਊਬ ਚੈਨਲ ਹੈ ਕ੍ਰਾਂਤੀ ਸੈਣੀ ਕਰਕੇ, ਉਸ ਨੂੰ ਸਬਸਕ੍ਰਾਈਬ ਕਰਨਾ, ਉਸਦਾ ਕੋਈ ਪੈਸਾ ਨਹੀਂ ਲੱਗਦਾ। ਅਤੇ ਬੈਲ ਦੇ ਆਈਕੋਨ 'ਤੇ ਵੀ ਕਲਿੱਕ ਕਰਨਾ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਨੋਟੀਫਿਕੇਸ਼ਨਾਂ ਮਿਲ ਸਕਣ ਸਭ ਤੋਂ ਪਹਿਲਾਂ। ਅਤੇ ਹੋ ਸਕੇ ਮੇਰੇ ਹੌਸਲਾ ਫਜਾਈ ਲਈ ਤੁਸੀਂ ਸਬਸਕ੍ਰਾਈਬ ਕਰਨ ਤੋਂ ਬਾਅਦ ਉਸਦੀ ਸਕਰੀਨਸ਼ੋਟ ਲੈ ਕੇ ਮੇਰੇ ਵਟਸਐਪ ਨੰਬਰ 9815795908 'ਤੇ ਭੇਜ ਸਕਦੇ ਹੋ, ਜੋ ਤੁਹਾਨੂੰ ਥੱਲੇ ਸ਼ੋਅ ਵੀ ਹੋ ਰਿਹਾ ਅਤੇ ਵੀਡੀਓ ਦੇ ਵਿੱਚ ਲਗਾਤਾਰ ਸ਼ੋਅ ਹੁੰਦਾ ਰਹੇਗਾ। ਸੋ ਪਿਛਲੇ ਹਫ਼ਤੇ ਆਪਾਂ ਇੱਕ ਨੁਸਖਾ ਸ਼ੇਅਰ ਕੀਤਾ ਸੀਗਾ, ਜੋ ਕਿ ਸੀਗਾ ਕਬਜ਼ ਦੀ ਬਿਮਾਰੀ ਨੂੰ ਬੜੇ ਸਹਿਜ ਤਰੀਕੇ ਨਾਲ ਦੂਰ ਕਰਨ ਵਾਸਤੇ ਰੋਜ਼ਾਨਾ ਜਿਸ ਨੂੰ ਲੈ ਸਕਦੇ ਅਤੇ ਜਿਸ ਦਾ ਕੋਈ ਨੁਕਸਾਨ ਨਹੀਂ ਸੀਗਾ। ਬਹੁਤ ਜ਼ਿਆਦਾ ਸ਼ੇਅਰ ਹੋਇਆ ਕਈ ਪੇਜਾਂ 'ਤੇ, 6,000 ਸ਼ੇਅਰ ਹੋਏ ਨੇ, ਉਸ ਤੋਂ ਵੀ ਵੱਧ ਹੋਏ ਨੇ। ਤਾਂ ਤੁਸੀਂ ਸੋਚੋ ਕਿੰਨੇ ਲੋਕਾਂ ਤੱਕ ਪਹੁੰਚਿਆ। ਪਰ ਇਨਬੋਕਸ ਵਿੱਚ ਕਈ ਸਵਾਲ ਜਾਂ ਕਈ ਵਟਸਐਪ 'ਤੇ ਮੈਨੂੰ ਲੋਕ ਜੋ ਹਾਈ ਬੀ ਪੀ ਅਤੇ ਸ਼ੂਗਰ ਦੇ ਮਰੀਜ਼ ਨੇ, ਉਹ ਇਸ ਨੁਸਖੇ ਨੂੰ ਕਿਉਂ ਕਿਸ ਤਰੀਕੇ ਨਾਲ ਲੈ ਸਕਣ ਜਾਂ ਕੋਈ ਹੋਰ ਤਰੀਕਾ ਦੱਸਾਂ। ਕਿਉਂਕਿ ਜੋ ਮੁੱਖ ਘਟਕ ਸਨ ਉਸ ਵਿੱਚ, ਜੋ ਮੇਨ ਚੀਜ਼ਾਂ ਉਸ ਵਿੱਚ, ਬੂਰਾ ਖੰਡ ਜੋ ਵੱਡੀ ਗਿਣਤੀ ਵਿੱਚ ਪੈਂਦੀ, ਨਾਲ ਦੇਸੀ ਘਿਓ ਦੀ ਵੀ ਵਰਤੋਂ ਕੀਤੀ ਗਈ ਸੀਗੀ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਦੇ ਬਾਰੇ ਵਿੱਚ ਗੱਲ ਕਰਾਂਗੇ। ਤੁਸੀਂ ਇਹ ਨੁਸਖੇ ਜਾਂ ਤਰੀਕੇ ਸਾਰੇ ਲੋਕ ਵੀ ਅਪਣਾ ਸਕਦੇ ਜੇ, ਪਰ ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਵੀ ਫਾਇਦੇਮੰਦ ਹੋਣਗੇ ਜੋ ਦੇਸੀ ਘਿਓ ਦੀ ਵਰਤੋਂ ਨਹੀਂ ਕਰ ਸਕਦੇ ਜਾਂ ਖਾਣ ਦੀ ਨਹੀਂ ਵਰਤੋਂ ਕਰਦੇ, ਜੋ ਸ਼ੂਗਰ ਬੀ ਪੀ ਦੋਵਾਂ ਦੇ ਮਰੀਜ਼ ਨੇ ਜਾਂ ਸ਼ੂਗਰ ਦੇ ਜਾਂ ਹਾਈ ਬੀ ਪੀ ਦੇ ਮਰੀਜ਼ ਨੇ। ਸੋ ਸਭ ਤੋਂ ਪਹਿਲਾਂ ਤਾਂ ਹਾਂਜੀ, ਇੱਕ ਕਈ ਲੋਕਾਂ ਨੇ ਪੁੱਛਿਆ ਸੀਗਾ ਕਿ ਉਹਨਾਂ ਨੂੰ ਮੂੰਹ ਦੇ ਛਾਲਿਆਂ ਦੀ ਸ਼ਿਕਾਇਤ ਹੈ, ਕਈ ਤਰੀਕੇ ਦਾ ਇਲਾਜ ਕਰਵਾਉਂਦੇ ਨੇ ਪਰ ਪੱਕੇ ਤੌਰ 'ਤੇ ਹਟਦੇ ਨਹੀਂ। ਸੋ ਤੁਸੀਂ ਕੀ ਕਰਨਾ ਹੈ, ਛੋਟੀ ਹਰੜ ਦਾ ਚੂਰਨ ਕੁੱਟ ਲੈਣਾ ਅਤੇ ਦਿਨ 'ਚ 3 ਜਾਂ 4 ਵਾਰੀ ਮੂੰਹ ਦੇ ਵਿੱਚ ਛਾਲਿਆਂ 'ਤੇ ਲਾਉਣਾ ਹੈ। ਇਸ ਦਾ ਨਾਲ ਪੱਕੇ ਤੌਰ 'ਤੇ ਛਾਲੇ ਦੂਰ ਹੋ ਜਾਣਗੇ। ਨਾਲ ਤੁਸੀਂ ਫੋਲਿਕ ਐਸਿਡ ਦੀਆਂ ਗੋਲੀਆਂ ਲੈ ਸਕਦੇ ਜਾਂ ਬੀ ਕੰਪਲੈਕਸ ਦੀ ਗੋਲੀ, ਕੋਈ ਕੈਪਸੂਲ ਬੀਕੋਜਮ ਸੀ ਫੂਡ ਗੋਲੀਆਂ ਆਮ ਮਿਲਦੀਆਂ ਨੇ, ਬਹੁਤ ਸਸਤੀਆਂ ਬਾਜ਼ਾਰ 'ਚੋਂ, ਉਹ ਖਾ ਸਕਦੇ। ਜੇ ਆਯੁਰਵੈਦਿਕ ਚੀਜ਼ ਲੈਣੀ ਹੈ ਤਾਂ ਆਰੋਗਿਆ ਵਰਧਨੀ ਵੱਟੀ ਤੁਸੀਂ ਲੈ ਸਕਦੇ ਜੇ, ਡਾਬਰ ਬੈਦਨਾਥ ਜੰਡੂ ਦੀ ਜਾਂ ਬਾਬਾ ਰਾਮਦੇਵ ਲਾਲਾ ਰਾਮਦੇਵ ਦੀ, ਠੀਕ ਹੈ, ਤੁਹਾਡੀ ਮਰਜ਼ੀ ਆ। ਉਸ ਨੂੰ ਲਗਾਤਾਰ ਖਾਓਗੇ ਤਾਂ ਪੇਟ ਦੀਆਂ ਅਤੇ ਜਿਗਰ ਦੀਆਂ ਸਾਰੀਆਂ ਬਿਮਾਰੀਆਂ ਦੂਰ ਕਰਦੀ ਹੈ, ਆਰੋਗਿਆ ਵਰਧਨੀ ਵੱਟੀ ਅਤੇ ਕਬਜ਼ ਦੀ ਸ਼ਿਕਾਇਤ ਵੀ ਨਹੀਂ ਰਹਿਣ ਦਿੰਦੀ। ਸੋ ਹੁਣ ਆਪਾਂ ਗੱਲ ਕਰਾਂਗੇ, ਸਭ ਤੋਂ ਸਿੰਪਲ ਤਰੀਕੇ ਤੋਂ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਿੰਪਲ ਤਰੀਕਾ ਜੋ ਤੁਸੀਂ ਕਬਜ਼ ਗੈਸ ਦੇ ਵਿੱਚ ਵਰਤ ਸਕਦੇ ਜੇ, ਇਸਬਗੋਲ ਦਾ ਚੂਰਨ, ਇਸਬਗੋਲ ਦੀ ਫੱਕ ਜਾਂ ਛਿਲਕਾ ਜਿਹਨੂੰ ਕਹਿ ਸਕਦੇ ਜੇ, ਉਹ ਲੈਣਾ ਹੈ। ਉਹਨੂੰ 5 ਗ੍ਰਾਮ ਜਾਂ 1 ਚਮਚਾ ਕਹਿ ਲਓ, ਉਹਨੂੰ ਪਾਣੀ ਦੇ ਵਿੱਚ ਭਿਉਂ ਦੇਣਾ ਰਾਤ ਦੀ ਰੋਟੀ ਖਾਂਦੇ ਸਨ। ਰਾਤ ਦੀ ਰੋਟੀ ਖਾਂਦੇ ਟਾਈਮ ਉਸਨੂੰ ਤੁਸੀਂ ਪਾਣੀ ਵਿੱਚ ਭਿਉਂ ਦੇਣਾ ਜਾਂ ਸੌਣ ਤੋਂ 1 ਘੰਟਾ ਪਹਿਲਾਂ, 1.5 ਘੰਟਾ, 1.5 ਘੰਟਾ ਪਹਿਲਾਂ। ਸੋ ਉਸ ਚੂਰਨ ਨੂੰ ਪਾਣੀ ਵਿੱਚ 1.5 ਘੰਟਾ ਪਿਆ ਰਹਿਣ ਦੇਣਾ ਅਤੇ 1.5 ਘੰਟੇ ਬਾਅਦ ਤੁਸੀਂ ਉਸਨੂੰ ਚੰਗੀ ਤਰ੍ਹਾਂ ਹਿਲਾ ਕੇ ਪੀ ਲੈਣਾ ਅਤੇ ਸਵੇਰੇ ਪੇਟ ਆਰਾਮ ਨਾਲ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਕੁਝ ਦਿਨਾਂ ਦੀ ਲਗਾਤਾਰ ਵਰਤੋਂ ਨਾਲ। ਅਤੇ ਇਸਦਾ ਕੋਈ ਵੀ ਨੁਕਸਾਨ ਨਹੀਂ ਹੈ, ਨਾ ਹੀ ਕੋਈ ਆਦਤ ਪੈਂਦੀ ਹੈ, ਇਸਦਾ ਐਕਸ਼ਨ ਪੂਰਾ ਮਕੈਨੀਕਲ ਹੈ। ਤੁਸੀਂ ਇਸ ਨੂੰ ਦੁੱਧ ਵਿੱਚ ਵੀ ਭਿਉਂ ਕੇ ਵਰਤ ਸਕਦੇ ਜੇ, ਪਰ ਜੇ ਸ਼ੂਗਰ ਅਤੇ ਹਾਈ ਬੀ ਪੀ ਦੇ ਮਰੀਜ਼ਾਂ ਦੇ ਤੌਰ 'ਤੇ ਆਪਾਂ ਕਰਦੇ, ਇਹ ਸਭ ਤੋਂ ਆਸਾਨ ਤਰੀਕਾ ਸੀਗਾ। ਅਤੇ ਦੂਜਾ ਤਰੀਕਾ, ਸਭ ਤੋਂ ਵਧੀਆ ਚੀਜ਼ ਜਿਹੜੀ ਕਬਜ਼ ਵਾਸਤੇ ਦੁਨੀਆ ਦੀ ਸਭ ਤੋਂ ਵਧੀਆ ਚੀਜ਼ ਹੈ, ਉਹ ਆਟੇ ਦਾ ਸੂੜਾ ਹੈ, ਜਿਸ ਤੋਂ ਆਪਾਂ ਲੋਕ ਬਹੁਤ ਦੂਰ ਹੋ ਗਏ ਕਿਉਂਕਿ ਆਪਣੇ ਆਟੇ ਵਿੱਚ ਸੂੜਾ ਹੀ ਨਹੀਂ ਹੁੰਦਾ ਅਤੇ ਕਬਜ਼ ਮੇਨ ਕਾਰਨ ਤਾਂ ਇਹੋ ਹੀ ਆ। ਸੋ ਸੂੜਾ ਲੈ ਲੈਣਾ, ਜਦੋਂ ਆਪਾਂ ਆਟਾ ਛਾਨਦੇ ਹਾਂ, ਛਾਨੀ ਦੇ ਵਿੱਚ ਸੂੜਾ ਪਿਆ ਹੁੰਦਾ ਜਾਂ ਕਿਸੇ ਤਰੀਕੇ ਤੁਸੀਂ ਬਾਜ਼ਾਰ 'ਚੋਂ ਵੀ ਲੈ ਸਕਦੇ, ਉਹਨੂੰ ਪਾਣੀ ਵਿੱਚ ਘੋਲਣਾ ਹੈ। ਸੋ ਉਹ ਦੁਧੀਆ ਰੰਗ ਦਾ ਹੋ ਜਾਏਗਾ ਕਿਉਂਕਿ ਸੂੜੇ ਦੇ ਨਾਲ ਆਟਾ ਵੀ ਹੈ। ਉਸ ਪਾਣੀ ਫਿਰ ਰੱਖਣਾ ਹੈ, ਪਾਣੀ ਨਿੱਤਰ ਜੂਗਾ, ਡੋਲ ਦੇਣਾ, 3-4 ਵਾਰੀ ਕਰਨ ਤੋਂ ਬਾਅਦ ਇਕੱਲਾ ਸੂੜਾ ਹੀ ਰਹਿ ਜਾਣਾ, ਉਹ ਰਾਤ ਨੂੰ ਪੀਣਾ ਸ਼ੁਰੂ ਕਰੋ। ਜ਼ਿੰਦਗੀ 'ਚ ਕਦੀ ਕਬਜ਼ ਦੀ ਸ਼ਿਕਾਇਤ ਨਹੀਂ ਹੋਊਗੀ,
ਜਾਂ 10 ਮਣੱਕੇ ਬੀ ਕੱਢ ਕੇ, 10 ਮਣੱਕਿਆਂ ਦੇ ਬੀ ਕੱਢ ਕੇ ਉਹਨੂੰ ਦੁੱਧ ਵਿੱਚ ਉਬਾਲ ਕੇ ਪੀ ਲੈਣਾ, ਸਵੇਰੇ ਪੇਟ ਆਰਾਮ ਨਾਲ ਸਾਫ਼ ਹੋ ਜਾਏਗਾ। ਨਾਲ ਆਰੋਗਯ ਵਰਧਨੀ ਵੱਟੀ ਗੋਲੀਆਂ ਹੋ ਜੋ ਬਾਜ਼ਾਰੋਂ ਮਿਲਦੀਆਂ ਦੇਸੀ ਦਵਾਈਆਂ ਦੁਕਾਨ ਤੋਂ, ਉਹ ਤੁਸੀਂ 2 ਸਵੇਰੇ ਅਤੇ 2 ਸ਼ਾਮੀ ਖਾਣੀਆਂ, ਲਿਵਰ ਨੂੰ ਤਾਕਤ ਦਊਗੀ, ਪੀਲੀਆ ਕਦੀ ਨਹੀਂ ਹੋਊਗਾ, ਕਬਜ਼, ਗੈਸ, ਹਰ ਇੱਕ ਚੀਜ਼ 'ਤੇ ਖਾਧਾ ਪੀਤਾ ਤਨ ਲੱਗਣਾ ਸ਼ੁਰੂ ਹੋਊਗਾ। ਇਹਨਾਂ ਚੀਜ਼ਾਂ ਤੋਂ ਬਾਅਦ ਆਪਾਂ ਨੁਸਖੇ ਦੀ ਗੱਲ ਕਰਦੇ ਕਰਾਂਗੇ ਜੋ ਆਸਾਨ ਨੁਸਖਾ ਤੁਸੀਂ ਸਾਰਿਆਂ ਨੋਟ ਕਰਨਾ ਹੈ। ਕਾਗਜ਼ ਪੈਨ ਪੈਨਸਲ ਲੈ ਲਓ, ਬਣਾ ਤੁਹਾਨੂੰ ਤੁਸੀਂ ਨੋਟ ਕਰ ਸਕਦੇ। ਜੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਹੋਏਗਾ ਤੁਸੀਂ ਮੈਨੂੰ ਵਟਸਐਪ 'ਤੇ ਕੰਟੈਕਟ ਕਰ ਸਕਦੇ, ਮੈਂ ਤੁਹਾਨੂੰ ਉੱਥੇ ਵੀਡੀਓ ਸੈਂਡ ਕਰ ਦਊਂਗਾ। ਮੇਰਾ ਵਟਸਐਪ ਨੰਬਰ ਥੱਲੇ ਸ਼ੋ ਹੋ ਰਿਹਾ। ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਮਲੱਠੀ ਦਾ ਚੂਰਨ 20 ਗ੍ਰਾਮ ਦੀ ਮਾਤਰਾ ਵਿੱਚ, 20 ਗ੍ਰਾਮ ਮਲੱਠੀ ਦਾ ਚੂਰਨ, ਅਤੇ 40 ਗ੍ਰਾਮ ਤੁਸੀਂ ਲੈਣੀ ਹੈ ਭੁੰਨੀ ਹੋਈ ਸੌਂਫ, ਉਸ ਦਾ ਚੂਰਨ। 20 ਗ੍ਰਾਮ ਮਲੱਠੀ ਦਾ ਚੂਰਨ, 40 ਗ੍ਰਾਮ ਭੁੰਨੀ ਹੋਈ ਸੌਂਫ ਦਾ ਚੂਰਨ, 10 ਗ੍ਰਾਮ ਲੈਣੀ ਹੈ ਤੁਸੀਂ ਸ਼ੁੱਧ ਗੰਧਕ ਉਸ ਦਾ ਚੂਰਨ, 10 ਗ੍ਰਾਮ ਸ਼ੁੱਧ ਗੰਧਕ ਦਾ ਚੂਰਨ ਲੈ ਲੈਣਾ। ਅਤੇ ਇਸ ਤੋਂ ਬਾਅਦ ਤੁਸੀਂ ਹਰੜ ਦਾ ਚੂਰਨ ਲੈਣਾ, ਛੋਟੀ ਹਰੜ ਦਾ ਚੂਰਨ 20 ਗ੍ਰਾਮ ਦੀ ਮਾਤਰਾ ਦੇ ਵਿੱਚ। ਉਸ ਤੋਂ ਬਾਅਦ ਸਨਾਏ ਪੱਤਰੀ ਦਾ ਚੂਰਨ ਲੈਣਾ, ਸਭ ਤੋਂ ਮੇਨ ਚੀਜ਼ ਇਸ ਵਿੱਚ ਹੈ ਸਨਾਏ ਪੱਤਰੀ, ਉਸ ਦਾ ਚੂਰਨ ਲੈ ਲੈਣਾ ਹੈ 40 ਗ੍ਰਾਮ ਦੀ ਮਾਤਰਾ ਵਿੱਚ। ਅਤੇ ਸਭ ਤੋਂ ਆਖਿਰ ਦੇ ਵਿੱਚ ਇਸਬਗੋਲ ਦਾ ਛਿਲਕਾ 100 ਗ੍ਰਾਮ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ। ਤੁਸੀਂ ਆਪਣੀ ਮਾਤਰਾ ਇਹਨਾਂ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ ਤੁਸੀਂ ਵੱਧ ਜਾਂ ਘੱਟ ਮਾਤਰਾ ਵਾਲੇ ਨੁਸਖੇ ਬਣਾ ਸਕਦੇ। ਹੁਣ ਇਸਬਗੋਲ ਦਾ ਛਿਲਕਾ ਮਿਕਸ ਕਰ ਲਿਆ, ਤੁਹਾਡਾ ਨੁਸਖਾ ਤਿਆਰ ਹੈ। ਬਸ ਰਾਤ ਨੂੰ 1 ਚਮਚਾ ਤੁਸੀਂ ਵੱਡਾ ਚਮਚਾ ਕੋਸੇ ਪਾਣੀ ਨਾਲ ਲੈ ਲੈਣਾ, ਅਤੇ ਸਵੇਰੇ ਪੇਟ ਬਿਲਕੁਲ ਸਾਫ਼ ਹੋ ਜਾਏਗਾ, ਅਤੇ ਅਗਲਾ ਦਿਨ ਤੁਹਾਡਾ ਫਰੈਸ਼ ਖੁਸ਼ੀਆਂ ਖੇੜਿਆਂ ਭਰਿਆ ਹੋਏਗਾ। ਬਵਾਸੀਰਾਂ ਦੀ ਲੋਕ ਰੋਗਾਂ ਦੇ ਵਿੱਚ, ਪੇਟ ਦੀਆਂ ਬਿਮਾਰੀਆਂ, ਗੈਸ, ਮੂੰਹ ਦੇ ਛਾਲੇ, ਕਿਸੇ ਕੰਮ ਵਿੱਚ ਮਨ ਨਾ ਲੱਗਣਾ ਆਦਿ 'ਤੇ ਨੁਸਖਾ ਬਹੁਤ ਕੰਮ ਕਰੇਗਾ। ਫਿਰ ਨੋਟ ਕਰਨਾ ਹੈ ਮਲੱਠੀ ਦਾ ਚੂਰਨ 20 ਗ੍ਰਾਮ, ਉਸ ਤੋਂ ਬਾਅਦ 40 ਗ੍ਰਾਮ ਸੌਂਫ ਹੈ, ਹਰੜ ਦਾ ਚੂਰਨ 20 ਗ੍ਰਾਮ, ਸ਼ੁੱਧ ਗੰਧਕ ਬਾਜ਼ਾਰੋਂ ਮਿਲਣੀ ਪੰਸਾਰੀ ਦੁਕਾਨੋਂ, ਉਸ ਦਾ ਚੂਰਨ 10 ਗ੍ਰਾਮ ਤੁਸੀਂ ਲੈ ਲੈਣਾ, ਸਨਾਏ ਪੱਤਰੀ 40 ਗ੍ਰਾਮ ਲੈਣੀ ਹੈ, ਇਸ ਬਗੋਲ ਦਾ ਛਿਲਕਾ 100 ਗ੍ਰਾਮ ਮਿਕਸ ਹੈ, ਚੂਰਨ ਸਵੇਰੇ ਤੁਸੀਂ ਰਾਤ ਨੂੰ ਸੌਣ ਲੱਗਿਆ ਕੋਸੇ ਪਾਣੀ ਦੇ ਨਾਲ ਖਾਣਾ ਹੈ, ਅਤੇ ਕਬਜ਼, ਗੈਸ ਦੀ ਬਿਮਾਰੀ ਤੋਂ ਹਮੇਸ਼ਾ ਲਈ ਮੁਕਤੀ ਪਾਉਣੀ ਹੈ। ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੈਨੂੰ ਉਸਦੇ ਬਾਰੇ ਜ਼ਰੂਰ ਦੱਸਣਾ, ਅਤੇ ਮੇਰੀ ਇੱਕ ਬੇਨਤੀ ਹੈ ਇਸਨੂੰ ਪਲੀਜ਼ 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 ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਲੋੜਵੰਦ ਬੰਦਿਆਂ ਤੱਕ ਇਹ ਵੀਡੀਓ ਪਹੁੰਚ ਸਕੇ। ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗਾ, ਕਿਸ ਵਿਸ਼ੇ 'ਤੇ ਵੀਡੀਓ ਚਾਹੀਦੀ ਹੈ ਉਹ ਵੀ ਤੁਸੀਂ ਦੱਸਣਾ, ਅਤੇ ਇਹ ਸਾਰੇ ਨੁਸਖੇ ਅਜਮਾਏ ਹੋਏ ਨੇ ਤਾਂ ਤੁਸੀਂ ਵੀ ਅਜਮਾਉਣੇ ਨੇ। ਇਹ ਚੀਜ਼ਾਂ ਆਪਾਂ ਅੱਗੇ ਲੈ ਕੇ ਜਾਣੀਆਂ ਨੇ ਸਾਰੇ ਪੰਜਾਬੀਆਂ ਨੇ। ਵਾਹਿਗੁਰੂ ਭਲਾ ਕਰੇ, ਫਿਰ ਮਿਲਾਂਗੇ ਅਗਲੇ